ਸੋ ਯੂ ਕੈਨ ਸੀ ਕਿ ਬਹੁਤ ਅੱਛੀ ਈ ਵੀ ਦੀ ਟੈਕਨੋਲੋਜੀ ਮਾਰਕੀਟ 'ਚ ਆ ਚੁੱਕੀ ਹੈ ਸੋ ਆਲ ਈ ਵੀ ਆਰ ਕਮਿੰਗ ਵਿਦ ਅ ਗੁੱਡ ਰੇਂਜ ਗੁੱਡ ਕੁਆਲਿਟੀ ਐਂਡ ਗੁੱਡ ਫੀਚਰਸ ਸੀ ਐਨ ਜੀ ਦੀ ਵੀ ਬਹੁਤ ਅੱਛੀ ਰੇਂਜ ਆ ਰਹੀ ਹੈ ਟਾਟਾ ਦੇ ਵਿੱਚ ਜੋ ਕਿ ਮਾਰਕੀਟ 'ਚ ਕਾਫੀ ਐਕਸੈਪਟੇਬਲ ਹੈ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਇਨਵਾਇਰਮੈਂਟਲ ਫਰੀ ਪ੍ਰੋਡਕਟ ਹੈ ਜਿਹਦੇ ਨਾਲ ਕਿ ਥੋੜ੍ਹਾ ਜਿਹਾ ਪੋਲਿਊਸ਼ਨ ਘੱਟ ਹੁੰਦਾ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਲਾਈਵ ਭਾਰਤ ਜਿੱਥੇ ਕਿ ਨਵਲਟੀ ਟਾਟਾ ਦਾ ਸਟੋਲ ਲੱਗ ਚੁੱਕਿਆ ਹੈ ਪਾਈਟੈਕਸ ਦੇ ਵਿੱਚ ਜਿੱਥੇ ਕਿ ਟਾਟਾ ਦੇ ਜਿਹੜੇ ਆ ਹੈਡ ਆ ਕੇ ਇੱਥੇ ਇਨੋਗਰੇਸ਼ਨ ਕਰ ਰਹੇ ਆ ਸ਼ਮਾ ਰੋਸ਼ਨ ਕਰਕੇ ਇਸ ਸਟੋਲ ਦਾ ਸ਼ੁਰੂਆਤ ਕਰ ਰਿਹਾ ਪਹਿਲਾਂ ਇਹ ਦੂਸਰਾ ਦਿਨ ਹੈ ਜਿੱਥੇ ਕਿ ਪਾਈਟੈਕਸ ਦਾ ਅੱਜ ਦੂਸਰਾ ਦਿਨ ਹੈ ਜਿੱਥੇ ਕਿ ਆਟੋਮੋਬਾਈਲ ਦੀ ਖਾਸੀ ਰੇਂਜ ਜਿਹੜੀ ਹੈ ਨਾਵਲਟੀ ਵੱਲੋਂ ਲਗਾਈ ਗਈ ਹੈ ਜਿੱਥੇ ਨਾਵਲਟੀ ਟਾਟਾ ਦਾ ਸਪੈਸ਼ਲੀ ਜਿਹੜੀ ਹੈ ਨਾਵਲਟੀ ਦੇ ਜਿਹੜੇ ਆ ਈਕੋ ਫਰੈਂਡਲੀ ਵਹੀਕਲ ਯਾਨੀ ਕਿ ਈ ਵੀ ਵਹੀਕਲ ਵੀ ਇੱਥੇ ਡਿਸਪਲੇ ਦੇ ਵਿੱਚ ਲੱਗੇ ਗਏ ਕਿਉਂਕਿ ਆਉਣ ਵਾਲਾ ਜ਼ਮਾਨਾ ਈ ਵੀ ਦਾ ਈ ਵੀ ਦੀ ਜਿਹੜੀ ਡਿਸਪਲੇ ਕਾਫੀ ਅੱਛੀ ਰੇਂਜ ਜਿਹੜੀ ਹੈ ਈ ਵੀ ਲਗਾਈ ਹੈ ਇਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਸ਼ਮਾ ਰੋਸ਼ਨ ਕਰਦੇ ਹੋਏ ਨਾਵਲਟੀ ਟਾਟਾ ਦੇ ਗਰੁੱਪ ਹੈੱਡ ਟਾਟਾ ਜਿਹੜਾ ਆਪਣੇ ਆਪ 'ਤੇ ਬਹੁਤ ਹੀ ਵੱਡਾ ਬ੍ਰਾਂਡ ਜਿਹੜਾ ਉਹ ਹੈਗਾ ਜਿੱਥੇ ਕਿ ਟਾਟਾ ਦੇ ਵਿੱਚ ਈ ਵੀ ਜਿਹੜੀ ਹੈ ਈ ਵੀ ਦੇ ਨਾਲ ਨਾਲ ਪੈਟਰੋਲ ਵਹੀਕਲ ਜਿਹੜੇ ਆਏ ਆ ਅਤੇ ਕਿਹੜੇ ਕਿਹੜੇ ਵਹੀਕਲ ਤੁਸੀਂ ਲੈ ਕੇ ਆਏ ਹੋ ਸਭ ਤੋਂ ਪਹਿਲੇ ਤਾਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਸਾਡੇ ਨਾਵਲਟੀ ਟਾਟਾ ਵੱਲੋਂ ਬਹੁਤ ਅਸੀਂ ਸਵਾਗਤ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਜਿਹੜੀ ਨਾਵਲਟੀ ਟਾਟਾ ਦੇ ਜਿਹੜੇ ਅਸੀਂ ਪ੍ਰੋਡਕਟ ਰੇਂਜ ਅਸੀਂ ਪ੍ਰੋਵਾਈਡ ਕੀਤੀ ਗਈ ਹੈ ਉਹ ਬਹੁਤ ਹੀ ਵਧੀਆ ਰੇਂਜ ਅਸੀਂ ਪ੍ਰੋਵਾਈਡ ਕੀਤੀ ਹੈ ਈ ਵੀ ਸਟਾਰਟ ਜੋ ਕਿ ਈ ਵੀ ਜੋ ਕਿ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਅਸੀਂ ਬਹੁਤ ਇੱਕ ਇਨਵਾਇਰਮੈਂਟਲ ਬਾਰੇ ਸੋਚ ਰਹੀ ਹੈ ਕੰਪਨੀ ਉਸ ਇਨਵਾਇਰਮੈਂਟਲ ਉੱਪਰ ਅਸੀਂ ਦੇਖੀਏ ਤਾਂ ਸਾਡੀ ਜਿਹੜੀ ਈ ਵੀ ਦੀ ਗੱਡੀ ਹੈ ਇਹਦੇ ਉੱਪਰ ਅਸੀਂ 4.97.99 ਤੋਂ ਇਹਦਾ ਪ੍ਰਾਈਜ਼ ਜਿਹੜਾ ਉਹ ਸਟਾਰਟ ਹੈ ਔਰ ਇਸ ਦੇ ਨਾਲ ਨਾਲ ਬੜੇ ਵਧੀਆ ਫੀਚਰਸ ਬੜੀ ਵਧੀਆ ਔਫਰਸ ਕੰਪਨੀ ਨੇ ਪ੍ਰੋਵਾਈਡ ਕੀਤੀਆਂ ਜਿਹੜੀ ਕਿ 31 ਦਸੰਬਰ ਤੱਕ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਅਤੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਆਵੇਦਨ ਹੈ ਕਿ ਉਹ ਇਸ ਸਾਡੇ ਇਸ ਸਟਾਲ ਉੱਪਰ ਆਉਣ ਔਰ ਆਪਣੇ ਗੱਡੀ ਦੇ ਐਕਸਪੀਰੀਅੰਸ ਨੂੰ ਔਰ ਅੱਛਾ ਮਹਿਸੂਸ ਕਰਨ ਅਤੇ ਇਸ ਦੇ ਨਾਲ ਨਾਲ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਅਤੇ ਸਰ ਆਪਾਂ ਈ ਵੀ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਈ ਵੀ ਕਿੰਨਾ ਕੁ ਚੇਂਜਿੰਗ ਲਿਆ ਰਹੀ ਹੈ ਵਹੀਕਲ ਦੇ ਵਿੱਚ ਸਰ ਈ ਵੀ ਚੇਂਜਿੰਗ ਦੇਖੋ ਸਭ ਤੋਂ ਪਹਿਲਾਂ ਆਪਾਂ ਆਪਣੇ ਆਪਣੇ ਦੇਸ਼ ਦੀ ਸੇਵਾ ਵਾਸਤੇ ਜਦੋਂ ਇਕਨੋਮੀ ਗੌਰਮੈਂਟ ਆਪਣੇ ਦੇਸ਼ ਦੀ ਜਿਹੜੀ ਪੋਲਿਊਸ਼ਨ ਜੋ ਹੈ ਵੱਧਦਾ ਜਾ ਰਿਹਾ ਉਹਨੂੰ ਦੇਖਦੇ ਹੋਏ ਸਾਰੀ ਗੌਰਮੈਂਟ ਨੇ ਆਪਣੀ ਗੌਰਮੈਂਟ ਬਹੁਤ ਸਪੋਰਟ ਕਰ ਰਹੀ ਸੋ ਈ ਵੀ ਵਰਲਡ ਵਾਈਡ ਸਪੋਰਟ ਕੀਤਾ ਜਾ ਰਿਹਾ ਵਰਲਡ ਵਾਈਡ ਇਸ ਆ ਰੈਵੋਲਿਊਸ਼ਨਰੀ ਸੋ ਆਪਾਂ ਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਐਜ਼ ਆ ਨਾ ਰਿਸਪੋਂਸੀਬਲ ਸਿਟੀਜ਼ਨ ਸਪੋਰਟ ਕਰਨਾ ਚਾਹੀਦਾ ਈ ਵੀ ਨੂੰ ਸੋ ਅਗੇਨ ਸਾਰੀ ਆਟੋਮੋਬਾਈਲ ਸੈਕਟਰ ਹੁਣ ਬਹੁਤ ਜ਼ਿਆਦਾ ਕਲੀਅਰ ਹੈ ਕਿ ਅਸੀਂ ਆਪਣੇ ਇਨਵਾਇਰਮੈਂਟ ਨੂੰ ਧਿਆਨ 'ਚ ਰੱਖਦੇ ਹੋਏ ਈ ਵੀ ਦੀ ਪ੍ਰੋਡਕਸ਼ਨ ਜਾਂ ਈ ਵੀ ਦੀ ਕਾਰਾਂ ਤਿਆਰ ਕਰ ਰਹੇ ਨੇ ਸੋ ਯੂ ਕੈਨ ਸੀ ਕਿ ਬਹੁਤ ਅੱਛੀ ਈ ਵੀ ਦੀ ਟੈਕਨੋਲੋਜੀ ਮਾਰਕੀਟ 'ਚ ਆ ਚੁੱਕੀ ਹੈ ਸੋ ਆਲ ਈ ਵੀ ਆਰ ਕਮਿੰਗ ਵਿਦ ਅ ਗੁੱਡ ਰੇਂਜ ਗੁੱਡ ਕੁਆਲਿਟੀ ਐਂਡ ਗੁੱਡ ਫੀਚਰਸ ਅੱਜ ਟਾਟਾ ਨੇ ਆਪਣੇ ਫੀਚਰ ਅਤੇ ਆਪਣਾ ਜਿਹੜਾ ਰੇਂਜ ਦੇ ਨਾਲ ਸਾਰੀ ਹੀ ਮਾਰਕੀਟ ਨੂੰ ਕੰਪੀਟ ਕਰ ਰਿਹਾ ਟਾਟਾ ਅੱਜ ਮਤਲਬ ਕਿ ਇੰਡੀਆ ਦਾ ਬਹੁਤ ਹੀ ਫਾਸਟ ਰਾਈਜ਼ਿੰਗ ਪ੍ਰੋਡਕਟ ਹੋ ਚੁੱਕਾ ਹੈ ਅਤੇ ਟਾਟਾ ਦੇ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਗੇਮ ਚੇਂਜਿੰਗ ਪ੍ਰੋਡਕਟ ਆਏ ਹੈ ਸਰ ਗੇਮ ਚੇਂਜਿੰਗ ਇੱਦਾਂ ਦੇਖੋ ਕਰਵ ਈ ਵੀ ਆ ਚੁੱਕੀ ਹੈ ਪੰਚ ਈ ਵੀ ਹੈ ਨੈਕਸੋਨ ਈ ਵੀ ਹੈ ਟਾਟਾ ਟਿਆਗੋ ਈ ਵੀ ਹੈ ਸੋ ਨੰਬਰ ਆਫ ਪ੍ਰੋਡਕਟਸ ਹਰ ਰੇਂਜ ਦੀ ਈ ਵੀ ਹੈ ਸੋ ਦੈਟ ਹਰ ਕਸਟਮਰ ਬਾਇਰ ਜਿਹੜਾ ਕਿ ਜਿਹੜਾ ਅਫੋਰਡੇਬਲ ਲੋਅ ਰੇਂਜ ਤੋਂ ਲੈ ਕੇ ਹਾਈ ਰੇਂਜ ਤੱਕ ਉਹ ਜਿਸ ਤਰੀਕੇ ਨਾਲ ਉਹਦੀ ਪੋਕਟ ਅਲੋ ਕਰ ਦੇ ਕੈਨ ਗੋ ਵਿਦ ਦੈਟ ਟਾਟਾ ਸੀ ਐਨ ਜੀ ਦੇ ਵਿੱਚ ਵੀ ਕਾਫੀ ਅੱਛੀ ਕਪੈਸਿਟੀ ਦੇ ਰਿਹਾ ਹਾਂ ਬਿਲਕੁਲ ਸਰ ਸੀ ਐਨ ਜੀ ਦੀ ਵੀ ਬਹੁਤ ਅੱਛੀ ਰੇਂਜ ਆ ਰਹੀ ਹੈ ਟਾਟਾ ਦੇ ਵਿੱਚ ਜੋ ਕਿ ਮਾਰਕੀਟ 'ਚ ਕਾਫੀ ਐਕਸੈਪਟੇਬਲ ਹੈ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਤੋ ਅੱਛੀ ਐਕਸੈਪਟੈਂਸ ਹੈ ਬਿਕੋਜ਼ ਇੱਕ ਅਗੇਨ
ਇਨਵਾਇਰਮੈਂਟਲ ਫਰੀ ਪ੍ਰੋਡਕਟ ਹੈ ਜਿਹਦੇ ਨਾਲ ਕਿ ਥੋੜ੍ਹਾ ਜਿਹਾ ਪੋਲਿਊਸ਼ਨ ਘੱਟ ਹੁੰਦਾ ਹੈ ਔਰ ਐਜ਼ ਆ ਰਿਸਪੋਂਸੀਬਲ ਸਿਟੀਜ਼ਨ ਆਈ ਸੈਡ ਅਰਲੀਅਰ ਆਲਸੋ ਕਿ ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਕਿ ਆਪਾਂ ਆਪਣੇ ਦੇਸ਼ ਵਾਸਤੇ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ। ਮਜ਼ਬੂਤੀ ਨੂੰ ਲੈ ਕੇ ਟਾਟਾ ਦਾ ਹਮੇਸ਼ਾ ਨਾਮ ਹਰ ਬੱਚੇ ਬੱਚੇ ਦੇ ਜਵਾਨ ਅਤੇ ਮਜ਼ਬੂਤੀ ਨੂੰ ਲੈ ਕੇ ਨਾਮ ਹੁੰਦਾ ਅਤੇ ਹੋਰ ਸੇਫਟੀ ਨੂੰ ਲੈ ਕੇ ਟਾਟਾ ਨੇ ਕਿਹੜੇ ਕਿਹੜੇ ਨਵੇਂ ਕ੍ਰਾਂਤੀਕਾਰੀ ਜਿਹੜੇ ਚੇਂਜਸ ਹੈ ਜਿਹੜੇ ਹੁਣ ਲਿਆਉਂਦੇ ਹੋਏ? ਸਰ ਦੇਖੋ ਸਭ ਤੋਂ ਇੰਪੋਰਟੈਂਟ ਸੇਫਟੀ ਹੁੰਦੀ ਹੈ ਬਿਕੋਜ਼ ਕਾਰ 'ਚ ਬੈਠਾ ਬੰਦਾ ਸ਼ੁੱਡ ਫੀਲ ਸੇਫ, ਸੋ ਉਹਦੇ ਉੱਪਰ ਜਿਹੜਾ ਮਟੀਰੀਅਲ ਅਸੀਂ ਇਸ ਗੱਡੀ ਵਿੱਚ ਯੂਜ਼ ਕਰਦੇ ਹਾਂ ਉਹ ਪਲੱਸ ਜਿਹੜੀ ਗੱਡੀ ਦੀ ਐਨਕੈਪ ਦੀ ਟੈਸਟਿੰਗ ਹੁੰਦੀ ਹੈ ਉਹ 5-star ਹੈ। ਟਾਟਾ ਦੀ ਹਰ ਗੱਡੀ ਦੀ ਐਨਕੈਪ 5-star ਰੇਟਿੰਗ ਹੈ ਜੋ ਕਿ ਉਹਨੂੰ ਸੇਫਟੀ ਪ੍ਰੋਵਾਈਡ ਕਰਦੀ। ਅਤੇ ਸੇਫਟੀ ਦੇ ਲਈ ਟਾਟਾ ਤਾਂ ਬਹੁਤ ਹੀ ਵਧੀਆ। ਅਤੇ ਹੁਣ ਖਾਸ ਕੁਛ ਸਾਡੇ ਦਰਸ਼ਕਾਂ ਲਈ ਕੁਛ ਖਾਸ ਤੁਸੀਂ ਤੋਹਫਾ ਦੇਣਾ ਚਾਹੋ ਇਸ ਮੀਡੀਆ ਪਰ? ਆ ਗਿਆ ਸਰ, ਐਜ਼ ਯੂਜੁਅਲ ਦਸੰਬਰ ਇਜ਼ ਦੇਅਰ, ਸੋ ਦਸੰਬਰ ਆਰ ਆਲਵੇਜ਼ ਵਿਦ ਅ ਫੈਸਟੀਵਲ। ਬਹੁਤ ਅੱਛੀ ਅੱਛੀ ਸਕੀਮਸ ਆਉਂਦੀਆਂ, ਸੋ ਸਾਡਾ ਸ਼ੋਰੂਮ GT ਰੋਡ 'ਤੇ ਵੀ ਹੈ, ਮਾਲ ਰੋਡ 'ਤੇ ਵੀ ਹੈ, ਆਲ ਪ੍ਰੋਡਕਟਸ ਆਰ ਅਵੇਲੇਬਲ ਵਿਦ ਅ ਹਾਈ ਰੇਂਜ। ਸੋ ਆਈ ਰਿਕੁਐਸਟ ਕਿ ਸ਼ੋਰੂਮ ਆਨ ਟੈਸਟ ਡਰਾਈਵ ਲੈਣ ਅਤੇ ਪ੍ਰੋਡਕਟਸ ਜਿਹੜੇ ਹੈਗੇ ਆ ਸਰ। ਐਕਸਚੇਂਜ ਫੈਸਿਲਿਟੀ ਵੀ ਪ੍ਰੋਵਾਈਡ ਹੋ ਰਹੀ ਹੈ, ਪੁਰਾਣੀ ਗੱਡੀ ਦੇ ਨਵੀਂ ਲੈ ਜਾਓ? ਐਬਸੋਲੂਟਲੀ ਐਬਸੋਲੂਟਲੀ ਸਰ, ਐਕਸਚੇਂਜ ਫੈਸਿਲਿਟੀ ਇਜ਼ ਅਵੇਲੇਬਲ ਬਿਕੋਜ਼ ਕਸਟਮਰਸ ਦਾ ਇੱਕ ਟਾਈਮ ਤੋਂ ਬਾਅਦ ਜਿਹੜਾ ਹੁੰਦਾ ਚੇਂਜ ਕਰਨ ਦਾ ਵੀ ਪਲਾਨ ਹੁੰਦਾ ਹੈ। ਪਲੱਸ ਗੌਰਮੈਂਟ ਦੀ ਪੋਲਿਸੀ 10-15 ਸਾਲ ਵਾਲੀ ਪ੍ਰੋਡਕਟਸ ਦੀ, ਉਹ ਵੀ ਕਈ ਪ੍ਰੋਡਕਟਸ ਦੀ ਆਉਣ ਲੱਗ ਜਾਂਦੀ ਹੈ। ਸੋ ਬੇਸਡ ਅਪੋਨ ਦੈਟ ਐਕਸਚੇਂਜ ਫੈਸਿਲਿਟੀ ਵਿਦ ਸਕੀਮ ਆਰ ਅਵੇਲੇਬਲ। ਯਾਨੀ ਕਿ ਮੈਂ ਗੱਡੀ ਚੇਂਜ ਕਰਨੀ, ਮੈਨੂੰ ਟੈਨਸ਼ਨ ਨਹੀਂ ਕਿ ਗੱਡੀ ਦੇ ਬਾਹਰ ਲੱਭਾਂ, ਪਹਿਲਾਂ ਗੱਡੀ ਸੇਲ ਕਰਾਂ, ਫਿਰ ਤੁਹਾਡੇ ਕੋਲ ਆ ਜਾਂ, ਤੁਸੀਂ ਆਪਣੇ ਆਪ ਮੇਰੀ ਗੱਡੀ ਨਵੀਂ ਐਕਸਚੇਂਜ ਕਰ ਦਿਓ? ਐਬਸੋਲੂਟਲੀ ਸਰ, ਐਬਸੋਲੂਟਲੀ। ਸਾਡੇ ਕੋਲ ਬੜੀ ਪ੍ਰੋਫੈਸ਼ਨਲ ਟੀਮ ਹੈ ਜੋ ਕਿ ਗੱਡੀ ਪਰਚੇਜ਼ ਵੀ ਕਰਦੀ ਹੈ, ਤੁਹਾਡੀ ਗੱਡੀ ਦੀ ਸਹੀ ਵੈਲਿਊ ਲਗਾਉਂਦੀ ਹੈ ਤਾਂ ਕਿ ਤੁਸੀਂ ਅੱਛੇ ਤਰੀਕੇ ਨਾਲ ਆਪਣਾ ਪ੍ਰੋਡਕਟ ਲੈ ਸਕੋ ਅਤੇ ਨਵਾਂ ਪ੍ਰੋਡਕਟ ਜਿਹੜਾ ਹੈਗਾ ਉਹ ਯੂਜ਼ ਕਰ ਸਕੋ। ਜੀ ਬਿਲਕੁਲ, ਜਿਸ ਤਰ੍ਹਾਂ ਕਿ ਐਕਸਚੇਂਜ ਦੀ ਔਫਰ ਦੱਸ ਦਿੱਤੀ ਕਿ ਐਕਸਚੇਂਜ ਚੱਲ ਰਹੀ ਹੈ, ਪੁਰਾਣੀ ਗੱਡੀ ਲਿਆਓ ਅਤੇ ਨਵੀਂ ਲੈ ਜਾਓ, ਇਸ ਤਰ੍ਹਾਂ ਦੀ ਔਫਰ ਟਾਟਾ ਦੇ ਰਿਹਾ। ਅਤੇ ਟਾਟਾ ਦੇ ਵਿੱਚ ਕਾਫੀ ਅੱਛੀ ਰੇਂਜ ਆ ਗਈ ਹੈ ਜੋ ਕਿ ਤੁਸੀਂ ਟਾਟਾ ਦੇ ਸ਼ੋਰੂਮ 'ਤੇ ਵਿਜ਼ਿਟ ਕਰਕੇ ਵੱਖਰੀ ਵੱਖਰੀ ਤੁਸੀਂ ਲੈ ਸਕਦੇ ਹੋ। ਇੱਥੇ ਆਪਣੇ ਪ੍ਰੋਡਕਟ ਦੀ ਡਿਸਪਲੇ ਜਿਹੜੀ ਲੱਗੀ ਉਹ ਵੀ, ਜਾਂ ਫਿਰ ਪਾਈਟੈਕਸ 'ਤੇ ਆ ਕੇ ਲਾਈਵ ਡੈਮੋ ਲੈ ਸਕਦੇ ਹੋ ਤੁਸੀਂ, ਕਿਉਂਕਿ ਟਾਟਾ ਅੱਜ ਦੇ ਟਾਈਮ 'ਤੇ ਇੰਡੀਆ ਦਾ ਬਹੁਤ ਹੀ ਜਿਹੜਾ ਟਰੱਸਟਫੁੱਲ ਬ੍ਰਾਂਡ ਬਣ ਚੁੱਕਾ ਹੈ। ਅਤੇ ਟਾਟਾ EV ਦੇ ਵਿੱਚ ਵੀ ਹੈ, ਟਾਟਾ CNG ਦੇ ਵਿੱਚ ਵੀ ਹੈ, ਟਾਟਾ ਜਿਹੜੇ ਆ ਡੋਮੈਸਟਿਕ ਵਹੀਕਲ ਦੇ ਵਿੱਚ ਹਰ ਰੇਂਜ ਜਿਹੜੀ ਆ ਉਹ ਪ੍ਰੋਵਾਈਡ ਕਰ ਰਹੀ ਹੈ।